गुड मॉर्निंग स्टूडेंट्स, मैं मनीष शर्मा बीएम साइंस सरकारी सीनियर सेकेंडरी स्कूल मुस्तापुर जलंधर तो। मैं रवि कुमार बीएम साइंस सरकारी सीनियर सेकेंडरी स्कूल गुमटाला जलंधर तो। बेटा आज असी पढ़ांगे साइंस एक्टिविटी, साडा पाठ हैगा लाइव प्रोसेसेस जैविक प्रक्रियावां क्लास दसवीं विशा साइंस। तो ये आज फिर करांगे कि साइंस दियां विच जिहड़ियां इस चैप्टर दियां एक्टिविटीज़ ने जिहड़ी जैविक प्रक्रियावां वो कि एक्टिविटीज़ जी हाँ रह गई ने जिड़िया साड़ी जरूरी ने साडे जैविक लाइफ नू चंगी तरह चलाने के लिए। ये बेटे सब तो पहला जिहड़ा असी चैप्टर दे विच पहला टॉपिक साडा आउंदा न्यूट्रीशन पोषण वाला, उहदे विच असी एक क्रिया लई है कि जिहड़ा पोषण है वो जदों असी रोटी खांदे हाँ वो साडे माउथ दे विचों ही स्टार्ट हो जाता है। उहदे नाल रिलेटिड जिहड़ी क्रिया है वो आपां सब तो पहला करांगे, जिहड़ी है स्टार्च लार दा ते स्टार्च दा जो टेस्ट है, लार दी स्टार्च ते क्रिया दा अध्ययन करना। हाँ जी सर, लार की चीज़ हुंदी है? लार एक तरल पदार्थ है जो साडे मूंह दे विच हुंदा, जिहनूं असीं थुक भी कह दिंदे आ। उहदे विच एंजाइम्स हुंदे आ जिहनूं टाइलिन कहिंदे आ जां सलाइवरी अमाइलेज कह दिंदे आ। वो जिहड़ा एंजाइम है जदों असी भोजन पदार्थ मूँह दे विच असी लैंदे हाँ तां उस वेले उहदे नाल क्रिया शुरू कर दिंदा है ते उहनूं स्टार्च नूं होर छोटे भागां दे विच तोड़ना शुरू कर दिंदा है। अच्छा, इस जिहड़ी लार हैगी साडे मूँह दे विच बणदी हैगी है? हाँ जी। ते इह जिहड़ी लार हैगी बेटा साडे मूँह दे विच ग्रंथियां हुंदियां ने, लार ग्रंथी जिहनूं कहिंदे हन, ਉਹ ਬਣਾਉਂਦੀਆਂ ਹਨ, ਲਗਾਤਾਰ ਸਾਡੇ ਮੂੰਹ ਦੇ ਵਿੱਚ ਬਣਾਉਂਦੀ ਰਹਿੰਦੀਆਂ ਨੇ ਤੇ ਜਦੋਂ ਆਪਾਂ ਖਾਣਾ ਖਾਂਦੇ ਆ ਉਸ ਵੇਲੇ ਇਹਨਾਂ ਵਿੱਚ ਜ਼ਿਆਦਾ ਸਕ੍ਰੀਸ਼ਨ ਹੁੰਦੀ ਹੈ। ਆਪਾਂ ਇੱਕ ਲਗਾਤਾਰ ਗੱਲ ਸੁਣਦੇ ਹੀ ਹੈਗੇ ਕਿ ਮੂੰਹ ਦੇ ਵਿੱਚ ਪਾਣੀ, ਜਦੋਂ ਆਪਾਂ ਕੋਈ ਚੀਜ਼ ਦੇਖਦੇ ਹਾਂ ਮੂੰਹ 'ਚ ਪਾਣੀ ਆ ਜਾਣਾ ਤੇ ਉਹ ਮੂੰਹ ਦੇ ਵਿੱਚ ਸਾਡਾ ਸਰੀਰ ਜਿਹੜਾ ਹੈਗਾ ਖਾਣੇ ਨੂੰ ਪਹੁੰਚਾਉਣ ਦੇ ਲਈ ਸਾਡੇ ਸਰੀਰ ਦੇ ਵਿੱਚ ਤਿਆਰੀ ਕਰਦਾ ਹੈ, ਜਿਸ ਕਰਕੇ ਉਹ ਲਾਰ ਸਕ੍ਰੀਟ ਕਰਦਾ ਤਾਂ ਕਿ ਆਪਾਂ ਜਦੋਂ ਖਾਈਏ ਤੇ ਉਹ ਨਾਲ ਦੇ ਨਾਲ ਉਸ ਖਾਣੇ ਨੂੰ ਉਹ ਡਾਈਜੈਸਟ ਕਰਨਾ ਸ਼ੁਰੂ ਕਰ ਦਿੱਤੇ। ਅਤੇ ਸਰ ਇਸ ਕਿਰਿਆ ਨੂੰ ਕਰਨ ਦੇ ਲਈ ਆਪਾਂ ਨੂੰ ਜੋ ਜ਼ਰੂਰੀ ਸਮਾਨ ਚਾਹੀਦਾ ਹੈ, ਲੋੜੀਂਦਾ ਸਮਾਨ, ਇਸ ਹੈ ਹਾਂਜੀ ਸਟਾਰਚ ਦਾ ਘੋਲ, ਉਬਲੇ ਹੋਏ ਚਾਵਲ, ਕੱਚ ਦੀਆਂ ਪਰਖ ਨਲੀਆਂ, ਡਰੋਪਰ ਪਾਣੀ, ਪਰਖ ਨਲੀ ਸਟੈਂਡ ਅਤੇ ਆਇਓਡੀਨ ਦਾ ਘੋਲ। ਇਸ ਦੇ ਵਿੱਚ ਦੇਖੋ ਬੱਚੋ, ਆਪਾਂ ਜਿਹੜਾ ਆਪਾਂ 'ਚ ਕਿਉਂਕਿ ਇਹਦੇ ਵਿੱਚ ਆਪਾਂ ਹੁਣ ਸਟਾਰਚ ਦੀ ਖੋਜ ਕਰਨੀ ਆ, ਪ੍ਰਕਿਰਿਆ ਅਧਿਐਨ ਕਰਨਾ ਹੈਗਾ, ਅਤੇ ਇਹਦੇ ਵਾਸਤੇ ਆਪਾਂ ਜਿਹੜਾ ਫੂਡ ਹੈਗਾ, ਠੀਕ ਹੈ, ਖਾਣਾ ਉਹ ਸਿਲੈਕਟ ਕਰਾਂਗੇ ਜਿਹਦੇ ਵਿੱਚ ਸਟਾਰਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਕਰਕੇ ਆਪਾਂ ਚਾਵਲ ਲਏ ਨੇ, ਆਪਾਂ ਇਹਦੇ ਕਿਰਿਆ ਕਰਨ ਲਈ ਕੀ ਕੀਤਾ ਹੈਗਾ, ਚਾਵਲ ਲਏ ਆਪਾਂ ਉਹਨੂੰ ਉਬਾਲਿਆ, ਅਤੇ ਜਿਹੜਾ ਉਬਾਲਣ ਤੋਂ ਬਾਅਦ ਜਿਹੜਾ ਚਾਵਲਾਂ ਦਾ ਪਾਣੀ ਹੁੰਦਾ ਹੈਗਾ ਉਹਨੂੰ ਆਪਾਂ ਟੈਸਟ ਲਈ ਵਰਤ ਰਹੇ ਹਾਂ, ਜਿਹਦੇ ਲਈ ਸਾਡੀ ਜਦੋਂ ਆਪਾਂ ਕਿਰਿਆ ਕਰਦੇ ਹਾਂ ਉਹਦੇ ਵਿੱਚ ਉਹਦੇ ਇਫੈਕਟ ਜਿਹੜਾ ਹੈਗਾ ਉਹ ਆਸਾਨੀ ਨਾਲ ਆ ਜਾਂਦਾ ਹੈ। ਚਾਵਲ ਵੀ ਯੂਜ਼ ਕਰ ਸਕਦੇ ਹਾਂ ਆਪਾਂ ਕਿ ਚਾਵਲ ਨੂੰ ਚਬਾਵਾਂਗੇ ਉਹ ਜਦ ਥੋੜ੍ਹੀ ਜਿਹੀ ਕਿਰਿਆ ਆਸਾਨ ਥੋੜ੍ਹੀ ਔਖੀ ਹੋ ਜਾਂਦੀ ਹੈ, ਪਰ ਜਦੋਂ ਆਪਾਂ ਚਾਵਲ ਨੂੰ ਬੋਇਲ ਕਰਕੇ ਉਹਦੇ ਉਬਲੇ ਹੋਏ ਪਾਣੀ ਜਿਹੜਾ ਹੈਗਾ ਉਹਨੂੰ ਵਰਤਦੇ ਹਾਂ ਤਾਂ ਉਹ ਆਸਾਨੀ ਦੇ ਨਾਲ ਕਿਰਿਆ ਹੋ ਜਾਂਦੀ ਹੈ। ਸਰ ਇਸ ਕਿਰਿਆ ਨੂੰ ਕਿਸ ਤਰ੍ਹਾਂ ਕਰਨਾ ਹੈ ਜੀ, ਪ੍ਰੋਸੈਸ ਪੂਰਾ ਦੱਸੋ। ਆਪਾਂ ਇਹਦੇ ਵਿੱਚ ਕੀ ਕੀਤਾ ਬੇਟਾ, ਆਪਾਂ ਇੱਕ ਆਪਾਂ ਕਿਰਿਆ ਲਈ, ਆਪਾਂ ਇਹਦੇ ਵਿੱਚ ਕੀ ਕੀਤਾ, ਦੋ ਪਰਖ ਨਲੀਆਂ ਲਈਆਂ ਨੇ। ਇੱਕ ਪਰਖ ਨਲੀ ਦੇ ਵਿੱਚ ਅਸੀਂ ਆ ਚਾਵਲਾਂ ਦਾ ਪਾਣੀ ਹੈਗਾ ਬੋਇਲਡ, ਠੀਕ ਹੈ, ਉਹਦੇ ਵਿੱਚ ਆਪਾਂ ਬੋਇਲਡ ਪਾਣੀ ਲੈ ਕੇ ਥੋੜ੍ਹਾ ਪਾਣੀ ਮਿਕਸ ਕਰਕੇ ਉਹਦਾ ਇੱਕ ਘੋਲ ਬਣਾ ਲਿਆ ਹੈ, ਠੀਕ ਹੈ। ਇੱਕ ਪਰਖ ਨਲੀ ਦੇ ਵਿੱਚ ਅਸੀਂ ਉਹੀ ਪਾਣੀ, ਚਾਵਲਾਂ ਦਾ ਪਾਣੀ ਜਿਹੜਾ ਲਿਆ ਹੈ ਉਹਦੇ ਵਿੱਚ ਆਪਾਂ ਸਲਾਈਵਾ ਮਿਕਸ ਕਰ ਲਿਆ ਹੈ, ਠੀਕ ਹੈ। ਆਪਾਂ ਇਹਨਾਂ ਦੋਵਾਂ ਪਰਖ ਨਲੀ ਹੁਣ ਤੁਸੀਂ ਦੇਖਣਾ ਵਾ ਕਿ ਇੱਕ ਦੇ ਵਿੱਚ ਸਟਾਰਚ ਹੈ ਜਿਹਦੇ ਵਿੱਚ ਆਪਾਂ ਹੁਣ ਸਲਾਈਵਾ, ਇਸ ਵਿੱਚ ਆਪਾਂ ਸਲਾਈਵਾ ਨਹੀਂ ਮਿਕਸ ਕੀਤਾ, ਆਪਣਾ ਲਾਰ ਨਹੀਂ ਮਿਕਸ ਕੀਤੀ ਹੈ, ਅਤੇ ਇਹਦੇ ਵਿੱਚ ਆਪਾਂ ਚਾਵਲਾਂ ਦੇ ਪਾਣੀ ਦੀ ਆਪਣੀ ਲਾਰ ਮਿਕਸ ਕੀਤੀ ਹੋਈ ਹੈ। ਕੀ ਸਰ ਕੋਈ ਇੱਦਾਂ ਟਾਈਮ ਵੀ ਹੁੰਦਾ ਕਿ ਆਪਾਂ ਕਿੰਨੇ ਕੁ ਚਾਹੇ ਲਈ ਜਿਹੜੀ ਲਾਰ ਦੇ ਵਿੱਚ ਆਪਾਂ ਲਾਰ ਜਿਹੜੀ ਇਕੱਠੀ ਕੀਤੀ ਹੋਈ 'ਚ ਆਪਾਂ ਭੋਜਨ ਪਦਾਰਥ ਪਾਇਆ ਉਹਨੂੰ ਕਿੰਨੇ ਕੁ ਟਾਈਮ ਲਈ ਆਪਾਂ ਰੱਖ ਲਈਏ ਕਿ ਜਿਹੜਾ, ਇਹ ਕਿਉਂਕਿ ਆਪਣੀ ਜਿਹੜੀ ਜੈਵਿਕ ਪ੍ਰਕਿਰਿਆਵਾਂ ਸਲੋ ਹੁੰਦੀਆਂ ਨੇ ਜ਼ਿਆਦਾ, ਅਤੇ ਆਪਾਂ ਇਹਨੂੰ ਹੈ ਕਿ ਜੋ ਆਪਾਂ ਪਾ ਕੇ ਜੇ ਆਪਾਂ ਚਾਹੁੰਦੇ ਕਿ ਰਿਜ਼ਲਟ ਤੁਹਾਨੂੰ ਨਜ਼ਰ ਆਵੇ ਤਾਂ ਜ਼ਿਆਦਾ ਕਰ ਵਧੀਆ ਰਿਜ਼ਲਟ ਦੇ ਲਈ ਤੁਸੀਂ ਇਹਨੂੰ ਪਾ ਕੇ ਘੰਟੇ ਦੋ ਘੰਟੇ ਤਿੰਨ ਘੰਟੇ ਲਈ ਪਾ ਕੇ ਰੱਖ ਦਿਓ। ਉਸ ਤੋਂ ਬਾਅਦ ਜੇ ਤੁਸੀਂ ਟੈਸਟ ਕਰੋਗੇ ਤਾਂ ਤੁਹਾਨੂੰ ਵਧੀਆ ਰਿਜ਼ਲਟ ਤਾਂ ਨਜ਼ਰ ਆਣਗੇ। ਠੀਕ ਹੈ ਜੀ, ਠੀਕ ਹੈ। ਇੱਕਦਮ ਜੇ ਕਰਾਂਗੇ ਕਿ ਆਪਾਂ ਮਿਕਸ ਕਰਨ ਤੋਂ ਬਾਅਦ ਨਾਲ ਹੀ ਟੈਸਟ ਕਰਾਂਗੇ ਤਾਂ ਤੁਹਾਡਾ ਰੈਡ ਟੈਸਟ ਜਿਹੜਾ ਕਦੇ ਵੀ ਸਹੀ ਨਹੀਂ ਆਏਗਾ, ਨੈਗੇਟਿਵ ਹੀ ਆਏਗਾ, ਕਿ ਉਹ ਜਿਹੜੀ ਸਟਾਰਚ ਜਿਹੜੀ ਹੈਗੀ ਉਹ ਵਿੱਚ ਤੁਹਾਨੂੰ ਸਟਾਰਚ ਦਾ ਟੈਸਟ ਦੇ ਤਰ ਆਉਂਦਾ ਰਹੇਗਾ। ਆਇਓਡੀਨ ਜਦੋਂ ਆਪਾਂ ਸਟਾਰਚ ਦੇ ਵਿੱਚ ਘੋਲਦੇ ਹਾਂ ਤਾਂ ਕੀ ਹੁੰਦਾ, ਆਇਓਡੀਨ ਦੇ ਨਾਲ ਆਪਾਂ ਸਟਾਰਚ ਦਾ ਟੈਸਟ ਕਰਦੇ ਤਾਂ ਕੀ ਹੁੰਦਾ ਵਾ, ਅਤੇ ਸਟਾਰਚ ਦੇ ਨਾਲ ਬੱਚੇ ਆਪਾਂ ਪਿੱਛੇ ਵੀ ਟੈਸਟ ਕੀਤਾ ਸੀਗਾ ਕਿ ਉਹਦਾ ਜਿਹੜਾ ਕਲਰ ਹੈ
ਉਹ ਨੀਲਾ ਕਾਲਾ ਹੋ ਜਾਂਦਾ ਹੈ ਭੋਜਨ ਪਦਾਰਥ ਦਾ ਕਲਰ ਸਟਾਰਚ ਦੇ ਨਾਲ ਕਿਰਿਆ ਕਰਕੇ ਨੀਲਾ ਕਾਲਾ ਹੋ ਜਾਂਦਾ ਹੈ ਸੋ ਆਪਾਂ ਇਹਦੇ ਵਿੱਚ ਇਹ ਆਇਓਡੀਨ ਦਾ ਘੋਲ ਹੈ ਆਇਓਡੀਨ ਦੇ ਘੋਲ ਨੂੰ ਅਸੀਂ ਇਹ ਵਾਲੀ ਜੋ ਟੈਸਟ ਟਿਊਬ ਹੈ ਇਹਦੇ ਵਿੱਚ ਲਾਰ ਦਾ ਮਿਕਸਚਰ ਨਹੀਂ ਹੈਗਾ ਲਾਰ ਅਤੇ ਭੋਜਨ ਪਦਾਰਥ ਨਹੀਂ ਹੈ ਅਤੇ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਜੋ ਚਾਵਲ ਦਾ ਅਸੀਂ ਪਾਣੀ ਲਿਆ ਸੀਗਾ ਉਬਲੇ ਹੋਏ ਚਾਵਲਾਂ ਦਾ ਉਹਦੇ ਵਿੱਚ ਜਦੋਂ ਆਇਓਡੀਨ ਦਾ ਇੱਕ ਦੋ ਡਰੋਪਸ ਪਾਈਆਂ ਨੇ ਤਾਂ ਇਹਦਾ ਕਲਰ ਜਿਹੜਾ ਹੈ ਆਪਣਾ ਨੀਲਾ ਕਾਲਾ ਹੋ ਚੁੱਕਾ ਹੈ ਇਹਦਾ ਮਤਲਬ ਇਹਦੇ ਵਿੱਚ ਸਟਾਰਚ ਜੋ ਹੈ ਉਹ ਮੌਜੂਦ ਹੈ ਇਹਦਾ ਸਟਾਰਚ ਦਾ ਟੈਸਟ ਹੋ ਗਿਆ ਸਾਡਾ ਕਿ ਇਸ ਪਾਣੀ ਦੇ ਵਿੱਚ ਸਟਾਰਚ ਮੌਜੂਦ ਸੀਗੀ ਹੁਣ ਆਪਾਂ ਟੈਸਟ ਕਰਾਂਗੇ ਇਹਦੇ ਵਿੱਚ ਜਿਹੜਾ ਪਾਣੀ ਇਹਦੇ ਵਿੱਚ ਹੈਗਾ ਕਿ ਜਿਹਦੇ ਵਿੱਚ ਆਪਾਂ ਲਾਰ ਮਿਕਸ ਕੀਤੀ ਹੋਈ ਹੈ ਕਿ ਇਹਦਾ ਚੇਂਜ ਹੁੰਦਾ ਕਿ ਨਹੀਂ ਹੁੰਦਾ ਹੁਣ ਆਪਾਂ ਇੱਕ ਡਰੋਪ ਲਵਾਂਗੇ ਇੱਕ ਡਰੋਪ ਇਹਦੇ ਵਿੱਚ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਬੇਟਾ ਜੀ ਦੇਖੋ ਆਪਾਂ ਇਹਦੇ ਵਿੱਚ ਆ ਮਿਕਸ ਕਰਦੇ ਪਏ ਹਾਂ ਅਤੇ ਮਿਕਸ ਕਰਨ ਤੋਂ ਬਾਅਦ ਇਹਦਾ ਕਲਰ ਨਹੀਂ ਬਦਲਦਾ ਪਿਆ ਇਹਦਾ ਮਤਲਬ ਇਹ ਹੈਗਾ ਕਿ ਇਹਦੇ ਵਿੱਚ ਜਿਹੜੀ ਸਟਾਰਚ ਹੈਗੀ ਆ ਉਹਦੀ ਮੌਜੂਦਗੀ ਨਹੀਂ ਹੈਗੀ ਆ ਇਹਦਾ ਮਤਲਬ ਹੈ ਕਿ ਜੋ ਲਾਰ ਹੈ ਉਹ ਸਟਾਰਚ ਨਾਲ ਕਿਰਿਆ ਕਰਕੇ ਸਟਾਰਚ ਨੂੰ ਤੋੜ ਕੇ ਉਹਦੇ ਜੋ ਸਟਿਲ ਸਿੰਪਲਰ ਪਾਰਟਸ ਹੈ ਗਲੂਕੋਜ਼ ਦੇ ਵਿੱਚ ਕਨਵਰਟ ਕਰ ਚੁੱਕੀ ਹੈ ਠੀਕ ਹੈ ਆਇਓਡੀਨ ਜਿਹੜੀ ਹੈਗੀ ਉਹ ਸਟਾਰਚ ਦੇ ਨਾਲ ਜਦੋਂ ਕਿਰਿਆ ਕਰਦੀ ਤਾਂ ਨੀਲਾ ਕਲਰ ਦਿੰਦੀ ਹੈ ਜਦੋਂ ਸਟਾਰਚ ਗਲੂਕੋਜ਼ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਤਾਂ ਉਹ ਉਹਦੇ ਨਾਲ ਨੀਲਾ ਕਲਰ ਨਹੀਂ ਦਿੰਦੀ ਹੈ ਅਤੇ ਆਪਾਂ ਜਦੋਂ ਆਪਾਂ ਇਹਦੇ ਵਿੱਚ ਲਾਰ ਮਿਲਾਈ ਹੈ ਤਾਂ ਇਹਦੇ ਨਾਲ ਇਹਦਾ ਕਲਰ ਚੇਂਜ ਨਹੀਂ ਹੋਇਆ ਜੋ ਇਸ ਚੀਜ਼ ਦਾ ਪ੍ਰਮਾਣ ਕਰਦਾ ਹੈ ਕਿ ਜਿਹੜੀ ਲਾਰ ਹੈਗੀ ਹੈ ਉਹ ਸਟਾਰਚ ਨੂੰ ਗਲੂਕੋਜ਼ ਦੇ ਵਿੱਚ ਕਨਵਰਟ ਕਰ ਦਿੰਦੀ ਹੈ ਠੀਕ ਹੈ ਬੇਟਾ ਹੁਣ ਆਪਾਂ ਇਸ ਕਿਰਿਆ ਦੇ ਨਾਲ ਰਿਲੇਟਡ ਕੁਝ ਕੁਐਸਚਨ ਆਨਸਰ ਕਰਾਂਗੇ ਪਹਿਲੇ ਹੈਗੇ ਇੱਕ ਅੰਕ ਵਾਲੇ ਪ੍ਰਸ਼ਨ ਜੋ ਇਸ ਕਿਰਿਆ ਨਾਲ ਬਣਦੇ ਹਨ ਲਾਰ ਕਿਸ ਨੂੰ ਕਹਿੰਦੇ ਹਨ ਬੇਟਾ ਲਾਰ ਹੈਗੀ ਆ ਸਾਡੇ ਮੂੰਹ ਦੇ ਵਿੱਚ ਇੱਕ ਪਾਣੀ ਵਰਗਾ ਪਦਾਰਥ ਹੈਗਾ ਜਿਹੜਾ ਕਿ ਥੋੜੇ ਜਿਹੇ ਝੱਗ ਵਾਲੇ ਪਦਾਰਥ ਨੂੰ ਲਾਰ ਕਹਿੰਦੇ ਹਨ ਇਸ ਲਾਰ ਦੇ ਵਿੱਚ ਇਨਜ਼ਾਈਮ ਹੁੰਦੇ ਹਨ ਜਿਹਨੂੰ ਆਪਾਂ ਸਲਾਈਵਰੀ ਅਮਾਈਲੇਸ ਕਹਿੰਦੇ ਹਾਂ ਅਤੇ ਉਹ ਜਿਹੜਾ ਸਲਾਈਵਰੀ ਅਮਾਈਲੇਸ ਹੈਗਾ ਉਹ ਸਾਡੇ ਭੋਜਨ ਦੇ ਵਿੱਚ ਕਾਰਬੋਹਾਈਡਰੇਟ ਨੂੰ ਪਹੁੰਚਾਉਣ ਦੇ ਵਿੱਚ ਮਦਦ ਕਰਦਾ ਹੈ ਇਹ ਜਿਹੜੀ ਲਾਰ ਹੈਗੀ ਹੈ ਸਾਡੇ ਜਦੋਂ ਆਪਾਂ ਖਾਣਾ ਖਾਂਦੇ ਹਾਂ ਇਹ ਉਹਨੂੰ ਲੁਬਰੀਕੇਟ ਵੀ ਕਰਦੀ ਹੈ ਤਾਂ ਕਿ ਆਸਾਨੀ ਦੇ ਨਾਲ ਸਾਡਾ ਭੋਜਨ ਜਿਹੜਾ ਹੈਗਾ ਉਹ ਸਾਡੀ ਪਾਚਨ ਤੰਤਰ ਦੇ ਅੰਦਰ ਆਂਤੜੀਆਂ ਤੱਕ ਪੇਟ ਤੱਕ ਪਹੁੰਚ ਸਕੇ ਉਸ ਤੋਂ ਬਾਅਦ ਇਹਦੇ ਵਿੱਚ ਕੁਝ ਹੋਰ ਡਿਸਇਨਫੈਕਟੈਂਟ ਵੀ ਹੁੰਦੇ ਨੇ ਤਾਂ ਕਿ ਭੋਜਨ ਦੇ ਵਿੱਚ ਜੇ ਕੋਈ ਚੀਜ਼ਾਂ ਜਿਹੜੀਆਂ ਨਹੀਂ ਜ਼ਰੂਰਤ ਵਾਲੀਆਂ ਹੈਗੀਆਂ ਉਹਨਾਂ ਨੂੰ ਉਹ ਡਿਸਇਨਫੈਕਟ ਕਰ ਸਕੇ ਅਗਲਾ ਪ੍ਰਸ਼ਨ ਹੈ ਭੋਜਨ ਪਦਾਰਥ ਵਿੱਚ ਸਟਾਰਚ ਦੀ ਪਰਖ ਕਰਨ ਲਈ ਕਿਹੜੇ ਰਸਾਇਣ ਦੀ ਵਰਤੋਂ ਕੀਤੀ ਜਾਂਦੀ ਹੈ ਬੇਟਾ ਭੋਜਨ ਪਦਾਰਥ ਦੇ ਵਿੱਚ ਸਟਾਰਚ ਦੀ ਜਿਹੜੀ ਆਪਾਂ ਪਰਖ ਕਰਨ ਦੇ ਲਈ ਆਇਓਡੀਨ ਘੋਲ ਦੀ ਵਰਤੋਂ ਕਰਦੇ ਹਨ ਜਿੱਦਾਂ ਤੁਸੀਂ ਦੇਖਿਆ ਕਿ ਭੋਜਨ ਪਦਾਰਥ ਦੇ ਵਿੱਚ ਅਗਰ ਸਟਾਰਚ ਮੌਜੂਦ ਹੈ ਤਾਂ ਉਹ ਆਇਓਡੀਨ ਦੇ ਨਾਲ ਕਿਰਿਆ ਕਰਕੇ ਨੀਲਾ ਕਾਲਾ ਕਲਰ ਜੋ ਹੈ ਉਹ ਸ਼ੋ ਕਰਦੀ ਹੈ ਅਗਲਾ ਪ੍ਰਸ਼ਨ ਹੈ ਭੋਜਨ ਵਿਚਲੇ ਕਿਹੜੇ ਪੋਸ਼ਕ ਤੱਤ ਦਾ ਪਾਚਣ ਸਭ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ ਸਟਾਰਚ ਦਾ ਸਭ ਤੋਂ ਪਹਿਲਾਂ ਸ਼ੁਰੂ ਹੁੰਦਾ ਹੈਗਾ ਜੋ ਸਾਡੇ ਮੂੰਹ ਦੇ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ ਅਮੂਮਨ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਸਾਡੇ ਜਿਹੜੀ ਪਾਚਨ ਤੰਤਰ ਹੈਗਾ ਅਤੇ ਪਾਚਨ ਕਿਰਿਆ ਮੇਨਲੀ ਜਿਹੜੀ ਹੈਗੀ ਆ ਉਹ ਸਾਡੇ ਛੋਟੀ ਆਂਤੜੀ ਦੇ ਵਿੱਚ ਹੁੰਦੀ ਹੈ ਲੇਕਿਨ ਜਿਹੜੀ ਪਾਚਨ ਕਿਰਿਆ ਹੈਗੀ ਹੈ ਉਹ ਸਾਡੇ ਮੂੰਹ ਜਦੋਂ ਤੁਸੀਂ ਮੂੰਹ 'ਚ ਖਾਣਾ ਖਾਂਦੇ ਹੋ ਉਦੋਂ ਤੋਂ ਹੀ ਪਾਚਨ ਕਿਰਿਆ ਸ਼ੁਰੂ ਹੋ ਜਾਂਦੀ ਹੈ ਅਤੇ ਉਹ ਸਟਾਰਚ ਦੀ ਸਭ ਤੋਂ ਪਹਿਲੇ ਜਿਹੜਾ ਸਾਡਾ ਪਚਦਾ ਹੈਗਾ ਉਹ ਸਟਾਰਚ ਹੁੰਦਾ ਹੈ ਹੁਣ ਬੇਟਾ ਅਗਲੇ ਦੋ ਅੰਕਾਂ ਵਾਲੇ ਪ੍ਰਸ਼ਨ ਨੇ ਚਬਾਏ ਹੋਏ ਚਾਵਲ ਅਤੇ ਉਬਲੇ ਹੋਏ ਚਾਵਲ ਤੇ ਆਇਓਡੀਨ ਘੋਲ ਪਾਉਣ ਤੋਂ ਬਾਅਦ ਰੰਗ ਵਿੱਚ ਕੀ ਪਰਿਵਰਤਨ ਹੁੰਦਾ ਹੈ ਬੇਟਾ ਜਦੋਂ ਆਪਾਂ ਚਬਾਏ ਹੋਏ ਚਾਵਲ ਆ ਜਾਂ ਸਾਡੇ ਉਬਲੇ ਹੋਏ ਚਾਵਲ ਆ ਜਾਂ ਆਪਾਂ ਉਹਦੇ 'ਚ ਕੋਈ ਸਟਾਰਚ ਦਾ ਘੋਲ ਲਿਆ ਹੈ ਉਹਦੇ ਵਿੱਚ ਆਪਾਂ ਸਲਾਈਵਾ ਮਿਕਸ ਕੀਤਾ ਹੈ ਅਤੇ ਉਹਦੇ ਵਿੱਚ ਜਦੋਂ ਆਪਾਂ ਆਇਓਡੀਨ ਘੋਲ ਪਾਉਂਦੇ ਹਾਂ ਤਾਂ ਉਹਦਾ ਰੰਗ ਨੀਲਾ ਕਾਲਾ ਨਹੀਂ ਹੁੰਦਾ ਉਹ ਰੰਗਹੀਨ ਹੋ ਜਾਂਦਾ ਅਗਰ ਉਹਦੇ ਵਿੱਚ ਸਟਾਰਚ ਹੈਗੀ ਹੈ ਤਾਂ ਨੀਲਾ ਕਾਲਾ ਹੋ ਜਾਏਗਾ ਪਰ ਜਦੋਂ ਆਪਾਂ ਉਹਦੇ ਵਿੱਚ
लार पाई हैगी तो नीला काला रंग नहीं होएगा, क्योंकि लार जिहड़ी है उन्हें स्टार्च नाल क्रिया करके स्टार्च नू स्टिल सिंपलर पार्ट्स ग्लूकोज दे विच कन्वर्ट कर दिता है। अगला प्रश्न है, भोजन पचाउण विच जीव दी की भूमिका है? जीव जिहड़ी हैगी बेटा साडे भोजन दे विच जिहड़ी आपां लार हैगी है ओनू भोजन दे नाल चंगी तरह मिलाउण दे विच मदद करती है, उस तो बाद जिहड़ा भोजन हैगा ओनू निगलण दे विच भी मदद करती है। अगला प्रश्न है, लार स्टार्च ते किवें क्रिया करती है? लार जिहड़ा हैगा उहदे विच इक एंजाइम हुंदे ने जिहनूं आपां कहिंदे सी अमाइलेज सलाइवरी अमाइलेज, ओनू सरल पदार्थां दे विच माल्टोज दे विच बदल दिंदा है, उहदे नाल क्रिया करके ओनू स्टार्च तों माल्टोस दे विच कन्वर्ट कर दिंदा हैगा। जिहड़ा अपना आपां पढ़िया कार्बोहाइड्रेट इक कॉम्पलैक्स कार्बोहाइड्रेट हैगा, स्टार्च इक कॉम्पलैक्स कार्बोहाइड्रेट आ ते माल्टोज इक सिंपल कार्बोहाइड्रेट आ, तुहानूं ओह कॉम्पलैक्स तों सिंपल वल नूं कन्वर्ट कर दिंदा है। नेक्स्ट स्लाइड। हाँ जी, तीन अंकां वाले प्रश्न ने इस क्रिया दे। लार दी स्टार्च ते क्रिया करदे समें किहड़ियां सावधानियां वरतणियां चाहीदियां हन? पहली सावधानी तो यह कि चावल चंगी तरह चबाए होने चाहिए हैं ता कि चंगी तरह के नाल लार मिली हो। लार का मिलना बहुत चंगा है, चंगी तरह जरूरी है। उस तो बाद आयोडीन जिहड़ी हैगी है चंगी तरह मिलाई जानी चाहिए है, आयोडीन घोल दे विच चंगी तरह मिलानी चाहिए है। उस तो बाद आयोडीन बहुत महंगा एक तरह का रसायन है, इस करके वरतों भी सावधानी नाल करनी चाहिए, इनू वेस्ट नहीं करना चाहिए, आपां नू ड्रॉपर वगैरह की मदद दे नाल ही यूज करना चाहिए ता कि खिल ज़्यादा नहीं यूज करनी चाहिए, जिन्नी जरूरत है उन्नी ही वरतों करनी चाहिए है। अगला प्रश्न है, स्टार्च की है? भोजन पदार्थों के नाँ दसो जिन्हों विच स्टार्च हुंदी है। स्टार्च एक तरह का गुंझलदार कार्बोहाइड्रेट आ, कॉम्पलैक्स कार्बोहाइड्रेट आ जिहड़ा कि अपने जिहड़े हैगे आ इहदे विच कार्बन हाइड्रोजन ते ऑक्सीजन का एक बनिया हुआ हुंदा है, ते स्टार्च दे जिहड़े अपने पदार्थ ने जिन्हां विच मौजूद मक्की आ, आलू आ, चावल आ, कणक आ, इह स्टार्च दे सोमे हैगे। सानू भोजन चंगी तरह चबा के क्यों खाना चाहिदा है? ਆਪਾਂ ਨੂੰ ਬੇਟਾ ਭੋਜਨ ਚੰਗੀ ਤਰ੍ਹਾਂ ਚਬਾ ਕੇ ਇਸ ਲਈ ਖਾਣਾ ਚਾਹੀਦਾ ਹੈ ਤਾਂ ਕਿ ਉਹ ਚੰਗੀ ਤਰ੍ਹਾਂ ਆਪਾਂ ਨੂੰ ਪਹਿਲੇ ਛੋਟੇ ਕਣਾਂ ਦੇ ਵਿੱਚ ਤਬਦੀਲ ਕਰ ਸਕੀਏ, ਫਿਰ ਉਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਲਾਰ ਮਿਲਾ ਸਕੀਏ ਤਾਂ ਕਿ ਸਟਾਰਚ ਦਾ ਸਹੀ ਤਰੀਕੇ ਦੇ ਨਾਲ ਪਾਚਨ ਹੋ ਸਕੇ। ਉਸ ਤੋਂ ਬਾਅਦ ਚੰਗੀ ਤਰ੍ਹਾਂ ਹੋਇਆ ਚਬਾਇਆ ਹੋਇਆ ਭੋਜਨ ਉਹਨੂੰ ਨਿਗਲਣਾ ਵੀ ਆਸਾਨ ਹੁੰਦਾ ਹੈ। ਉਸ ਤੋਂ ਬਾਅਦ ਜਦੋਂ ਆਪਾਂ ਭੋਜਨ ਦੇ ਵੱਡੇ ਟੁਕੜੇ ਨੇ ਅਤੇ ਇੱਕ ਛੋਟੇ ਟੁਕੜੇ ਨੇ, ਜਿਹੜੇ ਵੱਡੇ ਟੁਕੜੇ ਨੇ ਉਹਨਾਂ ਨੂੰ ਪਹੁੰਚਾਉਣ ਦੇ ਲਈ ਬਹੁਤ ਸਮਾਂ ਲੱਗਦਾ ਹੈ ਅਤੇ ਜਿਹੜੇ ਆਪਾਂ ਜੇ ਚੰਗੀ ਤਰ੍ਹਾਂ ਚਬਾਵਾਂਗੇ ਤਾਂ ਉਹ ਬਹੁਤ ਛੋਟੇ ਛੋਟੇ ਟੁਕੜਿਆਂ ਵਿੱਚ ਟੁੱਟ ਜਾਏਗਾ, ਜਿਹਨੂੰ ਸਾਡੇ ਸਰੀਰ ਦੇ ਜਿਹੜੇ ਇਨਜ਼ਾਈਮ ਨੇ ਉਹਨਾਂ ਨੂੰ ਪਚਾਉਣ ਦੇ ਵਿੱਚ ਬੜੀ ਆਸਾਨੀ ਹੁੰਦੀ ਹੈ ਅਤੇ ਜਲਦੀ ਹੀ ਅਤੇ ਆਸਾਨੀ ਦੇ ਨਾਲ ਹੀ ਸਾਡਾ ਭੋਜਨ ਪਚ ਜਾਏਗਾ, ਨਹੀਂ ਤਾਂ ਉਹਨੂੰ ਪਚਣ ਦੇ ਵਿੱਚ ਬਹੁਤ ਮੁਸ਼ਕਿਲ ਹੋਏਗੀ ਅਤੇ ਲੇਟ ਹੋ ਜਾਏਗਾ। ਇਸ ਲਈ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਣਾ ਚਾਹੀਦਾ ਹੈ, ਚਬਾ ਕੇ ਖਾਣਾ ਚਾਹੀਦਾ ਹੈ। ਹੁਣ ਆਪਾਂ ਬੇਟਾ ਅਗਲੀ ਕਿਰਿਆ ਕਰਾਂਗੇ ਸਟੋਮੈਟਾ ਵਾਲੀ, ਕਿ ਸਟੋਮੈਟਾ ਆਪਾਂ ਕਿੱਦਾਂ ਦੇਖ ਸਕਦੇ ਹਾਂ, ਸਟੋਮੈਟਾ ਕੀ ਨੇ? ਸਟੋਮੈਟਾ ਸਾਡੇ ਜਿਹੜੇ ਆਲੇ ਦੁਆਲੇ ਪਲਾਂਟ ਨੇ, ਪੇੜ ਪੌਦੇ ਨੇ, ਉਹਨਾਂ ਦੇ ਵਿੱਚ ਪੱਤਿਆਂ ਦੇ ਵਿੱਚ ਇੱਕ ਛੋਟੇ ਛੋਟੇ ਛਿੱਦਰ ਹੁੰਦੇ ਨੇ, ਜਿਨ੍ਹਾਂ ਦੇ ਵਿੱਚੋਂ ਦੀ ਪਲਾਂਟ ਜਿਹੜੇ ਨੇ ਉਹ ਗੈਸਾਂ ਦਾ ਵਟਾਂਦਰਾ ਕਰਦੇ ਨੇ, ਆਕਸੀਜਨ ਛੱਡਦੇ ਨੇ ਅਤੇ ਕਾਰਬਨ ਡਾਈਆਕਸਾਈਡ ਸੋਖਦੇ ਨੇ, ਪਰ ਉਸ ਤੋਂ ਬਾਅਦ ਵਾਸ਼ਪ ਉਤਸਰਜਨ ਕਿਰਿਆ ਦੇ ਵਿੱਚ ਪਾਣੀ ਨੂੰ ਵੀ ਜਿਹੜਾ ਹੈਗਾ ਵਾਤਾਵਰਨ ਦੇ ਵਿੱਚ ਛੱਡਦੇ ਰਹਿੰਦੇ ਨੇ। ਇਹ ਪੌਦੇ ਦੇ ਵਿੱਚ ਜਿਹੜੇ ਪੱਤੇ ਨੇ ਉਹਨਾਂ ਦੇ ਵਿੱਚ ਮੌਜੂਦ ਹੁੰਦੇ ਨੇ ਅਤੇ ਇਹ ਪੌਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੇ ਨੇ, ਕਿਉਂਕਿ ਜਿਹੜਾ ਪੌਦਿਆਂ ਦੇ ਵਿੱਚ ਖਣਿਜ ਪਦਾਰਥ ਹੈ ਜਾਂ ਜਲ ਹੈ, ਪਾਣੀ ਜਿਹੜਾ ਥੱਲਿਓ ਜੜ੍ਹਾਂ ਤੋਂ ਪੌਦੇ ਦੇ ਡਿਫਰੈਂਟ ਡਿਫਰੈਂਟ ਪਾਰਟਸ ਤੱਕ ਜਾਣਾ ਹੈ, ਉਹ ਇਹਨਾਂ ਦੇ ਥਰੂ ਇਹਨਾਂ ਦੇ ਕਾਰਨ ਜੋ ਇੱਕ ਖਿੱਚ ਬਲ ਜਿਹੜਾ ਪੈਦਾ ਹੁੰਦਾ ਹੈ ਉਹਦੇ ਕਰਕੇ ਜਿਹੜਾ ਜਾਇਲਮ ਟਿਸ਼ੂ ਦੇ ਥਰੂ ਪਾਣੀ ਅਤੇ ਖਣਿਜ ਪਦਾਰਥ ਪੌਦੇ ਦੇ ਵੱਖ ਵੱਖ ਭਾਗਾਂ ਤੱਕ ਪਹੁੰਚਦੇ ਹਨ। ਆਓ ਹੁਣ ਆਪਾਂ ਦੇਖਦੇ ਹਾਂ ਕਿ ਇਹਦੀ ਸਲਾਈਡ ਜੋ ਹੈ ਕਿਸ ਤਰ੍ਹਾਂ ਬਣਾਉਣੀ ਹੈ। ਆਪਾਂ ਅਸਥਾਈ ਸਲਾਈਡ ਇਹਦੇ ਲਈ ਆਪਾਂ ਇੱਕ ਪਲਾਂਟ ਹੈ ਸਾਡੇ ਕੋਲ ਟ੍ਰੈਡੈਂਸ਼ੀਆ, ਰੀਓ ਦਾ ਪਲਾਂਟ ਵੀ ਕਹਿੰਦੇ ਹਾਂ ਆਪਾਂ ਜਿਹਨੂੰ, ਤੁਸੀਂ ਆਹ ਰੀਓ ਦਾ ਪਲਾਂਟ ਲੈਣਾ ਵਾ। ਇਹਦੇ ਵਿੱਚ ਆਪਾਂ ਸਟੋਮੈਟਾ ਦੀ ਇੱਕ ਵਧੀਆ ਸਲਾਈਡ ਬਣਾ ਕੇ ਆਪਾਂ ਸਟੋਮੈਟਾ ਨੂੰ ਮਾਈਕਰੋਸਕੋਪ ਦੇ ਵਿੱਚ ਦੇਖ ਸਕਦੇ ਹਾਂ। ਇਹਦੇ ਲਈ ਸਭ ਤੋਂ ਪਹਿਲੇ ਆਪਾਂ ਇੱਕ ਆਹ ਰੀਓ ਦਾ ਪਲਾਂਟ ਨੂੰ ਕਹਿੰਦੇ ਹਾਂ, ਟ੍ਰੈਡੀਸ਼ੀਆ ਕਹਿੰਦੇ ਹਾਂ ਰੀਓ ਦਾ। ਤੁਸੀਂ ਇਹ ਇੱਕ ਇਹਦਾ ਪੱਤਾ ਤੋੜ ਲੈਣਾ ਹੈ, ਆਪਾਂ ਇਹਦਾ ਇੱਕ ਪੱਤਾ ਤੋੜਿਆ ਹੈ, ਠੀਕ ਹੈ। ਉਸ ਤੋਂ ਬਾਅਦ ਪੌਦੇ ਦੇ ਜਿਹੜੇ ਪੱਤਿਆਂ ਦੇ ਵਿੱਚ ਹੀ ਸਟੋਮੈਟਾ ਹੁੰਦੇ ਨੇ ਜ਼ਿਆਦਾਤਰ। ਇੱਕ ਚੀਜ਼ ਆਪਾਂ ਜ਼ਰੂਰ ਯਾਦ ਰੱਖਣੀ ਆ ਕਿ ਪੌਦੇ ਦੇ ਜਿਹੜਾ ਸਟੋਮੈਟਾ ਜਿਹੜੇ ਜ਼ਿਆਦਾਤਰ ਸਾਨੂੰ ਉਹਦੇ ਪੱਤਿਆਂ ਦੇ ਵਿੱਚ ਹੀ ਮਿਲਣਗੇ।
होर भागां दे विच जिहड़े हैगे स्टोमेटा ना दे बराबर ही हुंदे ने। हुण आपां एक पत्ता लिया है रियो प्लांट दा पत्ता लिया आपां इहदी हुण स्लाइड बनाउण वास्ते सब तो वधिया रहिंदा हैगा जिहड़ी बहुत ही आसानी दे नाल आपां इहनूं बना सकदे आ। इहदे वास्ते आपां कीता पत्ता लिया उहनूं आपां इहनूं विचों अंधकार दे इदां तोड़ देवांगे। तोड़न तो बाद तुसीं आसानी दे नाल हौली हौली आपां इहनूं इस तरह तोड़ांगे तां कि इहदी उपरली जिहड़ी पतली लेयर हैगी आ उह सानूं आसानी दे नाल रिमूव हो जाए। जो तक नहीं होंदी आपां इहदा आ इस तरीके नाल करांगे आ साडे कोल इक लेयर जिहड़ी हैगी आ उह इहदी सानूं मिल गई है। क्योंकि जदों वी आपां स्लाइड बनानी है जिहड़ा भी मटीरियल हैगा वह इन्ना ज़्यादा लैण दी जरूरत नहीं होंदी क्योंकि स्टोम जिहड़े आपां माइक्रोस्कोप 'च देखणा छोटा हिस्सा ही नज़र आना है। अपने कोल इक हैगा आपां इहनूं पहले पानी दे विच रख लैंदे आ। ठीक है, पानी विच रखण तो बाद आपां फिर स्लाइड दे उत्ते इहनूं रखना है। स्लाइड दे विच आपां फिर अपना एक टैंपरेरी स्लाइड बनानी है, परमानेंट स्लाइड नहीं बनानी है। अपने टैंपरेरी बना के इनू ऑब्जर्व करके इनू डिस्कार्ड कर सकते हैं। आपां इनू स्टोर करन दी लोड़ नहीं हैगी है कि आपां कुछ टाइम दे लई इनू बना के आपां जो सैंपल ते स्लाइड ते लिया उन्हूं चंगी तरह उन्हूं गिला करके पानी दे एक ड्रॉप करके उस तो बाद उन्हूं फैला देवांगे नीडल दी सहायता दे नाल तां कि आसानी दे नाल सानूं सारे सैल दे विच नज़र आण। उस तो बाद आपां कवर स्लिप लैनी है, कवर स्लिप दे आपां इनू उत्ते रख दांगे। कवर स्लिप आपां क्यों रखते हैं तां कि जिहड़ा सैंपल हैगा वह इधर उधर गुम ना हो जाए क्योंकि आपां माइक्रोस्कोप दे विच देख रहे हैं जिहड़ा भी मटीरियल लवांगे वह बहुत थोड़ा हुंदा है, छोटे साइज का हुंदा है। इसलिए आपां ते कवर स्लिप लगा के उन्हूं रखते हैं ताकि वह गुम ना हो जाए, इधर उधर ना हो, अपनी जगह तो ना हिले कि जो आपां नूं माइक्रोस्कोप च ऑब्जर्व करांगे तो उहदी पोजीशन जिहड़ी है एक ही बनी रहे। उस तो बाद आपां इहनूं माइक्रोस्कोप दे थल्ले देखांगे ते आपां इहदे विच इहदी जिहड़ी लेंस दी जिहड़ी हैगी आ उह आपां इहनूं 10x ते कर दांगे। पोजीशन जिहड़ी हैगी थल्ले वाला जिहड़ा ऑब्जेक्टिव लेंस हैगा उह 10x ते करके उस तो बाद आपां इहनूं माइक्रोस्कोप दे विच आराम दे नाल देख सकदे हां कि सानूं इहदे विच सैल जिहड़े हैगे आ उह नज़र आणगे। रवि सर तां तुसीं देखणा चाहोगे? हाँ जी सर, जरूर जी। हाँ जी सर, एक इहदा रियो प्लांट लैण दा एक होर फायदा हुंदा है कि सानूं इहनूं जदों इहदी आपां स्टोमेटा दी स्लाइड बणाउंदे आ तां सानूं वक्खरे तौर ते स्टेन दी जरूरत नहीं पैंदी क्योंकि प्लांट जिहड़ा आ ऑलरेडी कलरफुल आ ते इहदे विच स्टोमेटा जिहड़े आ बड़े आराम नाल दिखाई दे दिंदे आ। हाँ जी रवि सर, तुसीं भी एक बारी देख सकते हो। बेटा रवि सर ने भी तुहानूं एक गल दसी है कि आपां नूं रियो प्लांट लैण दा एक कारण की हैगा, एक तो इहदे नाल आसानी दे नाल आपां स्लाइड बना सकते हैं, दूसरा कि जिहड़ा रियो प्लांट हैगा इहदे विच जदों आपां कागज़ दी स्लाइड बनाने आ स्टोमेटा दी तां आपां इहदे विच सानूं स्टेन करन दी लोड़ नहीं पैंदी हैगी आ। इहदे विच ऑलरेडी पहलां तों ही जिहड़े स्टोमेटा हुंदे ने उह कलरफुल नज़र आउंदे ने, इह करके ध्यान रखना हैगा कि आपां इह प्लांट जिहड़ा हैगा अपने स्कूल दे विच जरूर लगाइए तां कि सदों वी आपां नूं इह स्लाइड बनाउण दी लोड़ होवे तां सानूं अवेलेबिलिटी आसानी दे नाल हो सके। ते हुण आपां स्टोमेटा दी स्लाइड बना ली है, जे आपां कोई होर प्लांट वी लै सकदे हां ते बनाउण वा जे आपां कोई होर प्लांट लैंदे हां जिहदी आपां स्लाइड बनावांगे स्टोमेटा दी उहदे लई सानूं फिर इहदे वास्ते इहनूं सैफरन स्टेन दी लोड़ पैंदी है जिहदे नाल आपां इहनूं कलरफुल करके इहनूं आसानी दे नाल देख सकदे हां। पर जे आपां रियो प्लांट लैंदे हां तां फिर सानूं इहनूं स्टेन करन दी लोड़ नहीं पैंदी, बिना स्टेन तो भी आपां आसानी दे नाल बहुत वधिया कलरफुल स्टोमेटा देख सकदे हां। इहदे नाल रिलेटड सर कुछ क्वेश्चन जो है वो डिस्कस कर लैंदे हां। हांजी, इह तों पहले मैं तुहानूं इक डायग्राम दिखाना कि आह स्टोमेटा ने आह सैल जिहड़े हैगे आ इह स्टोमेटा दे गार्ड सैल ने। ठीक है, जदों स्टोमेटा ओपन हुंदा इह ओपन स्टोमेटा हैगा ते आह जिहड़ा हैगा इह क्लोज्ड स्टोमेटा हैगा। ठीक है, इह ओपन है ते आ जिहड़ा हैगा इह क्लोज स्टोमेटा हैगा। ठीक है बेटा,
ਜਦੋਂ ਸਟੋਮੈਟ ਓਪਨ ਹੁੰਦੇ ਨੇ ਉਦੋਂ ਐਕਸਚੇਂਜ ਆਫ ਗੈਸਿਸ ਅਤੇ ਵਾਟਰ ਵੇਪਰ ਚੱਲਦਾ ਰਹਿੰਦਾ ਹੈ ਅਤੇ ਜਦੋਂ ਸਟੋਮੈਟਾ ਬੰਦ ਹੁੰਦੇ ਨੇ ਤਾਂ ਐਕਸਚੇਂਜ ਆਫ ਗੈਸਿਸ ਜਾਂ ਉਹ ਚੀਜ਼ਾਂ ਬੰਦ ਰਹਿੰਦੀਆਂ ਹਨ ਅਤੇ ਹਮੇਸ਼ਾ ਜਿਹੜੇ ਰਾਤ ਵੇਲੇ ਜ਼ਿਆਦਾਤਰ ਪਲਾਂਟ ਦੇ ਵਿੱਚ ਸਟੋਮੈਟਾ ਬੰਦ ਰਹਿੰਦੇ ਨੇ ਅਤੇ ਦਿਨ ਵੇਲੇ ਸਟੋਮੈਟਾ ਖੁੱਲ੍ਹੇ ਰਹਿੰਦੇ ਨੇ। ਹੁਣ ਆਪਾਂ ਇਸ ਕਿਰਿਆ ਨਾਲ ਰਿਲੇਟਿਡ ਕੁਛ ਕੁਐਸਚਨ ਕਰਦੇ ਹਾਂ। ਸਟੋਮੈਟਾ ਦੇ ਓਪਨਿੰਗ ਅਤੇ ਕਲੋਜ਼ਿੰਗ ਨੂੰ ਕੀ ਨਿਯੰਤਰਣ ਕਰਦਾ ਹੈ? ਸਟੋਮੈਟਾ ਨੂੰ ਜੋ ਵੀ ਬੇਟਾ ਓਪਨਿੰਗ ਅਤੇ ਕਲੋਜ਼ਿੰਗ ਨੂੰ ਮੈਂ ਤੁਹਾਨੂੰ ਦੱਸਿਆ ਪਿੱਛੇ ਡਾਇਗ੍ਰਾਮ ਦੇ ਵਿੱਚ, ਓਪਨਿੰਗ ਅਤੇ ਕਲੋਜ਼ਿੰਗ ਨੂੰ ਇਹਦੇ ਆਹ ਗਾਰਡ ਸੈੱਲ ਜਿਹੜੇ ਹੈਗੇ ਆ ਇਹਨਾਂ ਨੂੰ ਗਾਰਡ ਸੈੱਲ ਕਿਹਾ ਜਾਂਦਾ ਹੈਗਾ, ਇਹ ਜਿਹੜੇ ਹੈਗੇ ਆ ਇਹ ਕੰਟਰੋਲ ਕਰਦੇ ਨੇ। ਗਾਰਡ ਸੈੱਲ ਦੀ ਜਿਹੜੀ ਹੈਗੀ ਆ ਜਦੋਂ ਇਹ ਫੈਲ ਜਾਂਦੇ ਨੇ ਤਾਂ ਇਹ ਓਪਨ ਹੋ ਜਾਂਦੇ ਨੇ, ਜਦੋਂ ਇਹ ਸਿਕੁੜ ਜਾਂਦੇ ਨੇ ਤਾਂ ਇਹ ਬੰਦ ਹੋ ਜਾਂਦੇ ਨੇ। ਰੋਮ ਕਦੋਂ ਬੰਦ ਹੁੰਦਾ ਹੈ? ਜਦੋਂ ਗਾਰਡ ਸੈੱਲ, ਆਪਾਂ ਹੁਣੇ ਗੱਲ ਕੀਤੀ ਗਾਰਡ ਸੈੱਲ, ਰੋਮ ਮਤਲਬ ਸਟੋਮੈਟਾ, ਜਦੋਂ ਗਾਰਡ ਸੈੱਲ ਸਿਕੁੜ ਜਾਂਦੇ ਨੇ ਤਾਂ ਸਟੋਮੈਟਾ ਜਿਹੜਾ ਪੋਰ ਜਿਹੜੇ ਹੁੰਦੇ ਨੇ ਉਹ ਬੰਦ ਹੋ ਜਾਂਦਾ ਹੈ। ਸਟੋਮੈਟਲ ਸਲਾਈਡ ਤਿਆਰ ਕਰਨ ਲਈ ਵਰਤਿਆ ਜਾਂਦਾ ਸਟੇਨ ਕਿਹੜਾ ਹੈ? ਜਿਹਨੂੰ ਆਪਾਂ ਉਦੀਆਂ ਕਹੀਏ ਤਾਂ ਹਿੰਦ ਪੰਜਾਬੀ ਦਾ ਸਟੇਨ ਜਿਹੜਾ ਹੈਗਾ, ਇਹਦੇ 'ਚ ਸੈਫਰਨ ਹੈਗਾ, ਸੈਫਰਨ ਸਟੇਨ ਜਿਹੜਾ ਹੈਗਾ ਉਹਦੀ ਵਰਤੋਂ ਕੀਤੀ ਜਾਂਦੀ ਹੈਗੀ ਹੈ ਸਟੋਮੈਟਾ ਬਣਾਉਣ ਲਈ। ਅਗਲਾ ਪ੍ਰਸ਼ਨ ਹੈ ਕਿ ਕੀ ਜੋ ਸਟੋਮੈਟਾ ਹੈ ਉਹ ਪੱਤਿਆਂ ਤੋਂ ਇਲਾਵਾ ਕਿਤੇ ਹੋਰ ਵੀ ਮੌਜੂਦ ਹੁੰਦੇ ਹਨ? ਨਹੀਂ, ਜ਼ਿਆਦਾਤਰ ਜਿਹੜੇ ਹੈਗੇ ਆ ਜਿੱਥੇ ਹਰੇ ਪਾਟ ਨੇ, ਹਰਾ ਪਲਾਂਟ ਹੈ ਉਹਦੇ ਡੰਡੀਆਂ ਦੇ ਵਿੱਚ ਥੋੜ੍ਹੇ ਬਹੁਤੇ ਮੌਜੂਦ ਹੁੰਦੇ ਨੇ, ਪਰ ਵਧੇਰੇਤਰ ਜਿਹੜੇ ਵੀ ਸਟੋਮੈਟਾ ਨੇ ਉਹ ਪੱਤੇ ਦੇ ਹੇਠਲੇ ਪਾਸੇ ਹੀ ਮੌਜੂਦ ਹੁੰਦੇ ਹਨ। ਪੱਤੇ ਲਈ ਸਟੋਮੈਟਾ ਦੀ ਕੀ ਮਹੱਤਤਾ ਹੈ? ਬੇਟਾ ਬਿਨਾਂ ਸਟੋਮੈਟਾ ਇੱਕ ਤਰੀਕੇ ਨਾਲ ਆਪਾਂ ਜੇ ਸੋਚ ਸਕੀਏ, ਜਿੱਦਾਂ ਅਸੀਂ ਸਾਹ ਲੈਂਦੇ ਹਾਂ, ਸਾਡੇ ਲਈ ਸਾਹ ਲੈਣ ਲਈ ਨੱਕ ਹੈਗਾ, ਇੱਦਾਂ ਹੀ ਪੌਦਿਆਂ ਨੇ ਵੀ ਸਾਹ ਲੈਣਾ ਹੈਗਾ ਉਹ ਸਟੋਮੈਟਾ ਦੇ ਥਰੂ ਲੈਂਦੇ ਨੇ। ਜਿੰਨੀਆਂ ਵੀ ਲੋੜੀਂਦੀਆਂ ਆਕਸੀਜਨ ਗੈਸਾਂ ਨੇ ਉਹਨਾਂ ਦੀ ਆਕਸੀਜਨ ਦੀ ਆਕਸੀਜਨ ਐਕਸਟਰਾ ਆਕਸੀਜਨ ਨੂੰ ਉਹ ਬਾਹਰ ਕੱਢਦੇ ਨੇ ਅਤੇ ਕਾਰਬਨ ਡਾਈਆਕਸਾਈਡ ਉਹ ਸਟੋਮੈਟਾ ਦੇ ਥਰੂ ਹੀ ਸੋਖਦੇ ਹਨ, ਜਿਹੜੀ ਕਿ ਉਹਨਾਂ ਦੀ ਪ੍ਰਕਾਸ਼ ਸੰਸਲੇਸ਼ਨ ਕਿਰਿਆ ਲਈ ਜ਼ਰੂਰੀ ਹੈ। ਸੋ ਜੋ ਪ੍ਰਕਾਸ਼ ਸੰਸਲੇਸ਼ਨ ਕਿਰਿਆ ਦੇ ਲਈ ਕਾਰਬਨ ਡਾਈਆਕਸਾਈਡ ਦਾ ਆਦਾਨ ਪ੍ਰਦਾਨ ਹੈ ਜੋ ਉਹ ਸਟੋਮੈਟਾ ਥਰੂ ਹੀ ਹੁੰਦਾ ਹੈ। ਹੁਣ ਸਾਡੀ ਅਗਲੀ ਕਿਰਿਆ ਪ੍ਰੋਟੀਨ ਦਾ। ਹੁਣ ਆਪਾਂ ਬੇਟਾ ਅਗਲੀ ਕਿਰਿਆ ਕਰਾਂਗੇ। ਪਹਿਲੇ ਆਪਾਂ ਕੀਤੀ ਸੀ ਲਾਰ ਦੇ ਵਿੱਚ ਸਟਾਰਚ ਦੀ ਪਹਿਚਾਣ ਕਰਨੀ ਸੀਗੀ, ਠੀਕ ਹੈ। ਹੁਣ ਆਪਾਂ ਕਰਦੇ ਹਾਂ ਅਗਲੀ ਕਿਰਿਆ ਹੈਗੀ ਸਾਡੀ ਪ੍ਰੋਟੀਨ ਦਾ ਟੈਸਟ ਹੈਗਾ। ਅਗਲੀ ਟੈਸਟ ਹੈ ਕਿ ਹੁਣ ਸਾਡੇ ਭੋਜਨ ਦੇ ਵਿੱਚ ਪ੍ਰੋਟੀਨ ਮੌਜੂਦ ਹੁੰਦਾ ਹੈਗਾ। ਆਪਾਂ ਪਿਛਲੀ ਕਲਾਸਾਂ 'ਚ ਵੀ ਕੀਤਾ ਸੀਗਾ ਕਿ ਪ੍ਰੋਟੀਨ ਟੈਸਟ ਕਿੱਦਾਂ ਕੀਤਾ ਜਾਏ। ਹਾਂਜੀ ਸਰ। ਬੱਚਿਓ, ਇਹ ਜੋ ਪ੍ਰੋਟੀਨ ਹੈ ਇਹ ਸਾਡੇ ਸਰੀਰ ਦੇ ਵਾਧੇ ਅਤੇ ਮੁਰੰਮਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਪ੍ਰੋਟੀਨ ਭੋਜਨ ਨੂੰ ਅਸੀਂ ਬਾਡੀ ਬਿਲਡਿੰਗ ਫੂਡਸ ਵੀ ਕਿਹਾ ਜਾਂਦਾ ਹੈ। ਸੋ ਅਗਰ ਕਿਸੇ ਵੀ ਭੋਜਨ ਪਦਾਰਥ ਦੇ ਵਿੱਚ ਪ੍ਰੋਟੀਨ ਦੀ ਜਾਂਚ ਕਰਨੀ ਹੈ ਕਿ ਕੀ ਉਹਦੇ ਵਿੱਚ ਪ੍ਰੋਟੀਨ ਹੈ ਕਿ ਨਹੀਂ, ਤਾਂ ਉਹਦੇ ਲਈ ਆਪਾਂ ਇੱਕ ਕਿਰਿਆ ਕਰਾਂਗੇ। ਇਸ ਕਿਰਿਆ ਦੇ ਲਈ ਸਾਨੂੰ ਜੋ ਲੋੜੀਂਦਾ ਸਮਾਨ ਚਾਹੀਦਾ ਹੈ ਉਹ ਹੈ ਕਾਪਰ ਸਲਫੇਟ ਦਾ ਘੋਲ, ਕਾਸਟਿਕ ਸੋਡਾ, ਕਾਸਟਿਕ ਸੋਡੇ ਦਾ ਘੋਲ ਅਤੇ ਕੋਈ ਵੀ ਭੋਜਨ ਪਦਾਰਥ ਜਿਸ ਵਿੱਚ ਪ੍ਰੋਟੀਨ ਮੌਜੂਦ ਹੋਵੇ। ਸੋ ਉਹਦਾ ਪ੍ਰੋਟੀਨ ਮੌਜੂਦ ਵਾਲੇ ਜਿਹੜੇ ਪਦਾਰਥ ਨੇ, ਤੁਸੀਂ ਬੇਸਣ ਲੈ ਸਕਦੇ ਹੋ, ਤੁਸੀਂ ਆਂਡੇ ਦਾ ਜੋ ਪੋਸ਼ਨ ਹੁੰਦਾ ਹੈ ਲਿਕੁਇਡ ਜੋ ਹੈ ਉਹ ਲੈ ਸਕਦੇ ਹੋ, ਦੁੱਧ ਯੂਜ਼ ਕਰ ਸਕਦੇ ਹਾਂ ਅਸੀਂ। ਸੋ ਇਸ ਕਿਰਿਆ ਦੇ ਵਿੱਚ ਜੋ ਅਸੀਂ ਯੂਜ਼ ਕਰ ਰਹੇ ਹਾਂ, ਅਸੀਂ ਆਂਡੇ ਦਾ ਜੋ ਲਿਕੁਇਡ ਪੋਰਸ਼ਨ ਹੈ ਉਹਨੂੰ ਯੂਜ਼ ਕਰ ਰਹੇ ਹਾਂ। ਇਹ ਲਿਕੁਇਡ ਪੋਰਸ਼ਨ ਕਿਹੜਾ, ਵਾਈਟ ਪਾਰਟ? ਵਾਈਟ ਤੋਂ ਇਲਾਵਾ ਸਰ, ਵਾਈਟ ਜਿਹੜਾ ਬੇਟਾ ਜਿਹੜਾ ਇਹਦੇ ਵਿੱਚ ਵਾਈਟ ਹੁੰਦਾ, ਆਪਾਂ ਐਗ ਹੁੰਦਾ, ਇੱਕ ਯੈਲੋ ਪਾਰਟ ਹੁੰਦਾ, ਇੱਕ ਵਾਈਟ ਹੁੰਦਾ। ਹਾਂਜੀ, ਯੈਲੋ ਪਾਰਟ ਜਿਹੜਾ ਹੁੰਦਾ ਉਹਦੇ ਵਿੱਚ ਫੈਟ ਹੁੰਦੇ ਨੇ ਅਤੇ ਜਿਹੜਾ ਵਾਈਟ ਪਾਰਟ ਹੁੰਦਾ ਹੈਗਾ ਉਹਦੇ ਵਿੱਚ ਪ੍ਰੋਟੀਨ ਹੁੰਦਾ ਹੈਗਾ, ਜਿਹਦੇ ਵਿੱਚ ਐਲਬਿਊਮਨ ਪ੍ਰੋਟੀਨ ਹੁੰਦਾ ਹੈਗਾ ਇਹਦੇ ਵਿੱਚ। ਹੁਣ ਆਪਾਂ ਇਸ ਕਿਰਿਆ ਦੇ ਵਿੱਚ ਆਪਾਂ ਇੱਕ ਆਂਡੇ ਦਾ ਵਾਈਟ ਪਾਰਟ ਹੈ ਐਲਬਿਊਮਨ ਉਹਨੂੰ ਲਿਆ ਹੈ, ਹੁਣ ਆਪਾਂ ਅੱਗੇ ਕਿਰਿਆ ਕਰਾਂਗੇ। ਹਾਂਜੀ ਸਰ। ਸਭ ਤੋਂ ਪਹਿਲਾਂ ਕੀ ਕਰਨਾ ਹੈ ਅਸੀਂ ਕਿ ਇਹ ਜੋ ਆਂਡੇ ਦਾ ਆਪਾਂ ਇਹ ਪੋਰਸ਼ਨ ਲਿਆ ਹੋਇਆ ਹੈ ਇਹਦੇ ਵਿੱਚ ਅਸੀਂ ਕਾਪਰ ਸਲਫੇਟ ਜੋ ਸੋਲਿਊਸ਼ਨ ਹੈ ਉਹਨੂੰ ਪਾਵਾਂਗੇ ਥੋੜ੍ਹੇ ਜਿਹਾ। ਕਾਪਰ ਸਲਫੇਟ ਬੇਟਾ ਜਿਹੜਾ ਕਿ ਤੁਸੀਂ ਦੇਖਿਆ ਹੋਣਾ ਫਾਰਮੂਲਾ ਪੜ੍ਹਦੇ ਹਾਂ CuSO4, ਇਹਦੇ ਵਿੱਚ ਕਾਪਰ ਸਲਫੇਟ ਦੀਆਂ 2 ਤੋਂ 4 ਬੂੰਦਾਂ ਅਸੀਂ ਐਡ ਕਰਾਂਗੇ। ਕਾਪਰ ਸਲਫੇਟ ਦੀਆਂ 4 ਬੂੰਦਾਂ ਬੇਟਾ ਆਪਾਂ ਐਡ ਕੀਤੀਆਂ ਨੇ ਤਾਂ ਕਿਹੜੇ ਕਲਰ ਦਾ ਹੋਇਆ ਇਹ? ਕਾਪਰ ਸਲਫੇਟ ਦੀਆਂ ਐਡ ਕੀਤੇ ਤੇ ਬਲੂ ਕਲਰ ਦਾ ਹੀ ਹੈ ਹੱਲੇ, ਇਹਦੇ ਵਿੱਚ ਕੋਈ ਚੇਂਜ ਨਹੀਂ ਆਈ ਹੈ। ਇਸ ਤੋਂ ਬਾਅਦ ਵਿੱਚ ਆਪਾਂ ਅਸੀਂ ਕਾਸਟਿਕ ਸੋਡਾ, ਸੋਡੀਅਮ ਹਾਈਡ੍ਰੋਕਸਾਈਡ ਦਾ ਜੋ ਘੋਲ ਬਣਾਇਆ ਹੋਇਆ ਹੈ ਉਹਦੇ ਵਿੱਚੋਂ 8 ਤੋਂ 10 ਤੁਪਕੇ
ऐड करांगे। तो जदों इहदे विच ऐड कर रहे हैं तो तुसी देख रहे हो कि कलर दे विच चेंज आ रहा है। किहड़ा कलर हो रहा सर? इहदा कलर जो है वायलट विच कन्वर्ट हो जाएगा जी। बेटा हुण वायलट कलर जिहड़ा हैगा इस चीज की निशानी आ कि इस भोजन पदार्थ दे विच प्रोटीन की मौजूद है। ਆਪਾਂ ਬੇਟਾ ਜੋ ਵੀ ਕਿਰਿਆ ਕਰਦੇ ਪਏ ਹਾਂ ਕਿ ਆਪਾਂ ਕੋਈ ਪਦਾਰਥ ਨੇ ਭੋਜਨ ਪਦਾਰਥ ਆ ਜਿਹਦਾ ਆਪਾਂ ਬੇਸਣ ਕਹਿੰਦੇ ਬਾਜ਼ਾਰੋਂ, ਠੀਕ ਹੈ, ਤੁਸੀਂ ਉਸ ਬੇਸਣ ਨੂੰ ਟੈਸਟ ਕਰ ਸਕਦੇ ਹੋ ਕਿ ਉਹਦੇ 'ਚ ਪ੍ਰੋਟੀਨ ਹੈ ਜਾਂ ਨਹੀਂ ਹੈ, ਕਿ ਉਹਨੂੰ ਕਲਰ ਆਟਾ ਹੀ ਕਲਰ ਕਰਕੇ ਤਾਂ ਨਹੀਂ ਦੇ ਦਿੱਤਾ ਹੈ, ਮਾਰਕੀਟ 'ਚ ਮਿਲਾਵਟ ਹੀ ਤਾਂ ਨਹੀਂ ਦਿੱਤਾ ਹੈਗਾ। ਤਾਂ ਆਪਾਂ ਉਸ ਚੀਜ਼ ਦਾ ਵੀ ਇੱਕ ਟੈਸਟ ਕਰਕੇ ਘਰ ਦੇ ਵਿੱਚ, ਤੁਸੀਂ ਸਕੂਲ ਜਾਂਦੇ ਹੋ ਸਕੂਲ ਦੇ ਵਿੱਚ ਆਪਣਾ ਉਹ ਚੀਜ਼ ਨੂੰ ਟੈਸਟ ਕਰ ਸਕਦੇ ਹੋ ਕਿ ਘਰ ਦੇ ਵਿੱਚ ਜੋ ਤੁਸੀਂ ਚੀਜ਼ ਖਾ ਰਹੇ ਹੋ ਉਹਦੇ 'ਚ ਪ੍ਰੋਟੀਨ ਦੀ ਮਾਤਰਾ ਹੈ ਕਿ ਨਹੀਂ ਹੈ। ਸੋ ਇਹਦੇ ਨਾਲ ਰਿਲੇਟਡ ਜੋ ਕੁਝ ਕੁਐਸਚਨਸ ਬਣਦੇ ਨੇ ਆਓ ਆਪਾਂ ਉਹਨਾਂ ਨੂੰ ਵੀ ਡਿਸਕਸ ਕਰ ਲੈਂਦੇ ਹਾਂ। ਹਾਂਜੀ ਸਰ, ਇੱਕ ਤਾਂ ਟੈਸਟ ਕੁਐਸਚਨ ਮੇਰਾ ਹੈਗਾ ਕਿ ਪ੍ਰੋਟੀਨ ਦੀ ਜ਼ਰੂਰਤ ਕਿਉਂ ਹੈਗੀ ਹੈ? ਪ੍ਰੋਟੀਨ ਜਿਵੇਂ ਕਿ ਅਸੀਂ ਜਾਣਦੇ ਹਾਂ ਇਹਨੂੰ ਬੋਡੀ ਬਿਲਡਿੰਗ ਫੂਡ ਕਿਹਾ ਜਾਂਦਾ ਹੈ, ਤਾਂ ਇਹ ਸਾਡੇ ਸਰੀਰ ਦੇ ਵਾਧੇ ਅਤੇ ਮੁਰੰਮਤ ਲਈ ਬਹੁਤ ਜ਼ਰੂਰੀ ਹੈ। ਇਸ ਲਈ ਪ੍ਰੋਟੀਨ ਦਾ ਸਾਡੇ ਭੋਜਨ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜੇ ਕੋਈ ਬੱਚਾ ਜਾਂ ਜੀਵ ਪ੍ਰੋਟੀਨ ਦੀ ਮਾਤਰਾ ਪ੍ਰੋਪਰ ਨਹੀਂ ਲੈਂਦਾ ਤਾਂ ਉਹਦੇ 'ਤੇ ਕੀ ਅਸਰ ਪੈ ਸਕਦਾ ਹੈ? ਉਹਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਸ ਬੱਚੇ ਨੂੰ ਹੋ ਸਕਦੀਆਂ ਨੇ। ਇਹਦੇ 'ਚ ਇੱਕ ਬਿਮਾਰੀ ਬੇਟਾ ਹੈਗੀ ਆ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰੋਟੀਨ ਐਨਰਜੀ ਮੈਲ ਨਿਊਟ੍ਰੀਸ਼ਨ ਕਹਿੰਦੇ ਹਾਂ, ਕਵਾਸ਼ਿਕੋਰ ਮਰੈਸਮਸ ਡਿਜ਼ੀਜ਼ ਨੇ, ਜਿਹੜੇ ਕਿ ਜ਼ਿਆਦਾਤਰ ਬੱਚਿਆਂ ਦੇ ਵਿੱਚ ਹੋ ਜਾਂਦੇ ਨੇ ਪ੍ਰੋਟੀਨ ਦੀ ਕਮੀ ਦੇ ਕਰਕੇ। ਸਾਡੇ ਸਰੀਰ ਦੇ ਵਿੱਚ ਬੇਟਾ ਲਗਾਤਾਰ ਬਹੁਤ ਸਾਰੇ ਸੈੱਲ ਬਣਦੇ ਨੇ, ਟੁੱਟਦੇ ਨੇ, ਨਵੇਂ ਬਣਤਰ ਰਿਪੇਅਰ ਹੋ ਰਹੇ ਨੇ, ਅਤੇ ਇਹਨਾਂ ਚੀਜ਼ਾਂ ਦੇ ਲਈ ਸਾਨੂੰ ਡੇਲੀ ਹਰ ਰੋਜ਼ ਪ੍ਰੋਟੀਨ ਦੀ ਜ਼ਰੂਰਤ ਹੈਗੀ ਆ। ਜੇ ਸਾਡੀ ਡਾਇਟ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਖਤਮ ਘੱਟ ਹੁੰਦੀ ਆ ਜਾਂ ਸਾਡੀ ਜਿੰਨੀ ਜ਼ਰੂਰਤ ਤੋਂ ਘੱਟ ਖਾਂਦੇ ਅਸੀਂ, ਤਾਂ ਸਾਡੇ ਸਰੀਰ ਦਾ ਜਿਹੜਾ ਵਿਕਾਸ ਹੈ ਉਹ ਰੁਕ ਜਾਂਦਾ ਹੈ, ਪ੍ਰੋਪਰ ਨਹੀਂ ਹੋ ਪਾਉਂਦਾ, ਕਿਉਂਕਿ ਅਸੀਂ ਜੀਵ ਹਾਂ ਅਤੇ ਸਾਡੇ ਜੀਵਾਂ ਦੇ ਜਿਹੜੇ ਸੈੱਲ ਨੇ ਉਹ ਪ੍ਰੋਟੀਨ ਤੋਂ ਬਣੇ ਨੇ, ਅਤੇ ਪ੍ਰੋਟੀਨ ਜਿਹੜੇ ਹੈਗੀ ਆ ਲਗਾਤਾਰ ਸਾਡੇ ਸੈੱਲਾਂ ਦੀ ਮੁਰੰਮਤ ਲਈ, ਨਵੇਂ ਸੈੱਲ ਬਣਾਉਣ ਦੇ ਲਈ ਬਹੁਤ ਹੀ ਜ਼ਰੂਰੀ ਨੇ, ਠੀਕ ਹੈ। ਇਸ ਕਰਕੇ ਸਾਡੀ ਡਾਇਟ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਹੜੀ ਐਡੀਕੁਏਟ ਮਾਤਰਾ, ਜ਼ਿਆਦਾ ਨਹੀਂ, ਜ਼ਿਆਦਾ ਵੀ ਨਹੀਂ ਚਾਹੀਦੇ, ਘੱਟ ਨਾ। ਸਾਡੇ ਇੱਕ ਸਾਡੇ ਨੇਚਰ ਦਾ ਰੂਲ ਹੈ ਬੇਟਾ ਕਿ ਆਪਾਂ ਕੋਈ ਵੀ ਚੀਜ਼ ਨਾ ਵੱਧ ਮਾਤਰਾ 'ਚ ਖਾਣੀ ਹੈ ਨਾ ਘੱਟ ਮਾਤਰਾ ਵਿੱਚ ਖਾਣੀ ਹੈ। ਵੱਧ ਪ੍ਰੋਟੀਨ ਖਾ ਕੇ ਵੀ ਸਾਡੇ ਸਰੀਰ ਨੂੰ ਪ੍ਰੋਬਲਮ ਹੋ ਜਾਂਦੀ ਹੈ, ਅਤੇ ਜੇ ਆਪਾਂ ਘੱਟ ਖਾਵਾਂਗੇ ਤਾਂ ਵੀ ਪ੍ਰੋਬਲਮ ਹੋ ਜਾਂਦੀ ਹੈ। ਇਸ ਲਈ ਹਮੇਸ਼ਾ ਇੱਕ ਐਡੀਕੁਏਟ ਅਮਾਊਂਟ ਦੇ ਵਿੱਚ ਹੀ ਚੀਜ਼ ਲੈਣੀ ਹੈ। ਸੋ ਤੁਹਾਨੂੰ ਇਹ ਕਿਰਿਆਵਾਂ ਸਮਝ ਆ ਚੁੱਕੀਆਂ ਹੋਣਗੀਆਂ, ਅਤੇ ਤੁਸੀਂ ਇੱਕ ਵਾਰ ਆਪਣੇ ਸਕੂਲ ਦੇ ਵਿੱਚ ਘਰ ਦੇ ਵਿੱਚ ਜ਼ਰੂਰ ਕਰਕੇ ਦੇਖਣੀਆਂ ਹੈਗੀਆਂ ਨੇ, ਅਤੇ ਇਹਨਾਂ ਨਾਲ ਰਿਲੇਟਡ ਕੁਐਸਚਨ ਜ਼ਰੂਰ ਕਰਨੇ ਨੇ। ਪੇਪਰ ਦੇ ਵਿੱਚ ਇਹਨਾਂ ਕਿਰਿਆਵਾਂ ਦੇ ਨਾਲ ਰਿਲੇਟਡ ਹੀ ਕੁਐਸਚਨ ਪੇਪਰ 'ਚ ਪੁੱਛੇ ਜਾਂਦੇ ਨੇ, ਅਤੇ ਜੇ ਤੁਸੀਂ ਇਹ ਕਿਰਿਆਵਾਂ ਇੱਕ ਵਾਰ ਸਮਝੀਆਂ ਨੇ ਤਾਂ ਤੁਹਾਨੂੰ ਇਹ ਕੁਐਸਚਨ ਹਮੇਸ਼ਾ ਹੀ ਸਹਿਜ ਹੀ ਹਮੇਸ਼ਾ ਯਾਦ ਰਹਿਣਗੇ। ਧੰਨਵਾਦ ਜੀ, ਥੈਂਕ ਯੂ, ਨਮਸਕਾਰ।